ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਕੌਮ ਦੇ ਦਰਸ਼ਕੋ, ਇੱਕ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਤੇ ਜੀ ਹਾਂ ਕਹਿੰਦੇ ਤੁਹਾਨੂੰ ਸਾਰਿਆਂ ਨੂੰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਲੈ ਕੇ ਸਰਕਾਰ ਨੇ ਇੱਕ ਐਲਾਨ ਕੀਤਾ ਸੀ ਕਿ 8 ਸਿੰਘ ਰਿਹਾ ਕਰਾਂਗੇ ਤੇ ਇੱਕ ਬਲਵੰਤ ਸਿੰਘ ਰਾਜੋਆਣਾ, ਉਹਨਾਂ ਦੀ ਜਿਹੜੀ ਫਾਂਸੀ ਆ ਸਜ਼ਾ, ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਵੇਗਾ। ਪਰ ਹੋਇਆ ਕੁਝ ਨਹੀਂ ਤੇ ਹੁਣ ਜਿਹੜੀ ਕੱਲ ਦੀ ਖਬਰ ਆ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਿੱਤੀ ਗਈ ਆ, ਉਦੋਂ ਬਾਅਦ ਉਹਨਾਂ ਨੇ ਫੈਸਲਾ ਦਿੱਤਾ ਭਾਈ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਜਿਹੜੀ ਆ ਰਿਹਾਈ ਆ ਉੱਤੇ ਰੋਕ ਲਾ ਦਿੱਤੀ ਗਈ ਆ। ਇਹਦੇ ਸੰਬੰਧ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਸਰਦਾਰ ਅਵਤਾਰ ਸਿੰਘ ਜੀ ਲਾਈਨ ਤੇ ਹਾਜ਼ਰ ਹਨ, ਇਹਨਾਂ ਤੋਂ ਪੂਰੀ ਜਾਣਕਾਰੀ ਲੈਂਦੇ ਹਾਂ ਵੀ ਅਸਲੀ ਖਬਰ ਕੀ ਆ, ਇਹਦਾ ਸੱਚ ਕੀ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਅਵਤਾਰ ਸਿੰਘ ਜੀ, ਖਬਰ ਕੱਲ ਮਤਲਬ ਅੰਗਰੇਜ਼ੀ ਦੀ ਅਖਬਾਰ ਦੇ ਵਿੱਚ ਆਈ ਆ ਤੇ ਜਿਹੜਾ ਹੁਣ ਤਾਂ ਵੈਸੇ ਸਾਰੇ ਸੋਸ਼ਲ ਮੀਡੀਆ ਤੇ ਆ ਗਈ ਆ, ਜਸਪਾਲ ਸਿੰਘ ਮੰਝਪਰ ਨੇ ਵੀ ਜਿਹੜੀ ਇਹਦੇ ਬਾਰੇ ਦੱਸਿਆ। ਕੀ ਗੱਲ ਆ, ਤੁਸੀਂ ਇੱਕ ਪੱਤਰਕਾਰ ਆ, ਤੁਹਾਡਾ ਕੀ ਨਜ਼ਰੀਆ ਵੀ ਜਿਹੜੀ ਇਹ ਰਿਹਾਈ ਰੋਕੀ ਕਿਉਂ ਗਈ ਹੈ? ਠੀਕ, ਹਾਂਜੀ, ਹਾਂਜੀ, ਤੇ ਅਵਤਾਰ ਸਿੰਘ ਜੀ ਜਿੱਦਾਂ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਨੇ ਉੱਥੇ ਸਦਨ ਦੇ ਵਿੱਚ ਮਤਲਬ ਪਾਰਲੀਮੈਂਟ ਦੇ ਵਿੱਚ ਇਹ ਐਲਾਨ ਕਰ ਦਿੱਤਾ ਕਿ ਅਸੀਂ ਕੋਈ ਮਤਲਬ ਜਿਹੜੀ ਆ ਕਿਸੇ ਦੀ ਫਾਂਸੀ ਦੀ ਸਜ਼ਾ ਰੱਦ ਨਹੀਂ ਕੀਤੀ, ਤੇ ਉਦੋਂ ਬਾਅਦ ਆਹ ਸੈਕੰਡ ਜਿਹੜਾ ਬਹੁਤ ਵੱਡੇ ਮਤਲਬ ਸਤਿਕਾਰਯੋਗ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਬਾਰੇ ਇਹ ਖਬਰ ਆ ਗਈ। ਇਹ ਮਤਲਬ ਸਾਰੀ ਰਲੀ ਮਿਲੀ ਭੁਗਤ ਲੱਗਦੀ ਆ ਜਾਂ ਇਹਦੇ ਵਿੱਚ, ਕਿਉਂਕਿ ਜੇ 2 ਮਹੀਨੇ ਸਰਕਾਰ ਨੇ ਉਦਾਂ ਹੀ ਨਿਭਾ ਦਿੱਤੇ, ਉਹ ਪਟੀਸ਼ਨ ਦੀ ਇੰਤਜ਼ਾਰ ਕਰਦੇ ਵੀ ਕਦੋਂ ਕੋਈ ਪਟੀਸ਼ਨ ਕਰੇ ਤੇ ਇੱਥੇ ਰੋਕ ਲਾਈ ਜਾਵੇ? ਹਾਂ ਹਾਂ ਠੀਕ ਹੈ, ਠੀਕ ਹੈ, ਠੀਕ ਹੈ, ਟੈਕਨੀਕਲੀ ਇਹ ਬਣਦਾ ਸੀ ਕਿਉਂਕਿ ਰਿਹਾਈ ਦਾ ਫੈਸਲਾ ਤੇ ਖਾਸ ਕਰਕੇ ਫਾਂਸੀ ਦੀ ਸਜ਼ਾ ਜਿਹੜਾ ਉਮਰ ਕੈਦ ਵਿੱਚ ਬਦਲਣ ਦਾ ਫੈਸਲਾ, ਉਹ ਰਾਸ਼ਟਰਪਤੀ ਦੇ ਹਸਤਾਖਰਾਂ ਤੋਂ ਬਿਨਾਂ ਨਹੀਂ ਹੋ ਸਕਦਾ। ਠੀਕ ਹੈ,
ਕੇਂਦਰ ਸਰਕਾਰ ਨੇ ਰਾਸ਼ਟਰਪਤੀ ਨੂੰ ਇੱਕ ਅਪੀਲ ਭੇਜਣੀ ਹੁੰਦੀ ਵੀ ਇਹਨਾਂ ਬੰਦਾਂ ਦੀ ਰਿਹਾਈ ਕਰ ਦਿੱਤੀ ਜਾਵੇ। ਹੁਣ ਓਕੇ ਪਤਾ ਨਹੀਂ ਉਹ ਅਪੀਲ ਭੇਜੇ, ਅਖਬਾਰਾਂ 'ਚ ਸਿਰਫ ਖਬਰ ਆਈ ਹੈ, ਕਿਸੇ ਰਾਸ਼ਟਰਪਤੀ ਦੇ ਸਾਈਨ ਦੀ ਖਬਰ ਨਹੀਂ ਆਈ ਜਾਂ ਗ੍ਰਹਿ ਮੰਤਰੀ ਦੇ ਸਾਈਨਾਂ ਦੀ ਖਬਰ ਨਹੀਂ ਆਈ ਵੀ ਗ੍ਰਹਿ ਮੰਤਰੀ ਦੇ ਸਾਈਨਾਂ ਦੇ ਹੇਠ ਰਾਸ਼ਟਰਪਤੀ ਨੂੰ ਗਿਆ ਹੋਇਆ, ਕੁਛ ਵੀ ਇਸ ਤਰ੍ਹਾਂ ਦਾ ਨਹੀਂ ਵਾਪਰਿਆ। ਸੋ ਪਹਿਲੇ ਦਿਨ ਤੋਂ ਹੀ ਰਿਹਾਈਆਂ ਦਾ ਮੁੱਦਾ ਜਿਹੜਾ ਸ਼ੱਕ ਦੇ ਘੇਰੇ ਵਿੱਚ ਸੀ, ਉਹ ਸ਼ੱਕ ਜਿਹੜਾ ਸਿੱਖ ਸੰਗਤਾਂ ਕਰਦੀਆਂ ਸੀ, ਪਰ ਉਹਨਾਂ ਨੇ ਵਾਰ ਵਾਰ ਫਿਰ ਵੀ ਸਰਕਾਰ ਤੇ ਵਿਸ਼ਵਾਸ ਕੀਤਾ ਕਿ ਜੇ ਸਾਨੂੰ ਲੱਗਦਾ ਸੀਗਾ ਵੀ ਗੁਰੂ ਨਾਨਕ ਸਾਹਿਬ ਦੇ ਮਹਾਨ ਪੁਰਬ ਤੇ ਸਰਕਾਰ ਝੂਠ ਨਹੀਂ ਬੋਲੇਗੀ, ਤੇ ਸਿੱਖ ਸੰਗਤਾਂ ਠੀਕ ਹੈ ਲਗਾਤਾਰ ਵਿਸ਼ਵਾਸ ਕਰਦੀਆਂ ਰਹੀਆਂ ਕਿ ਭਾਰਤ ਸਰਕਾਰ ਇੱਕ ਚੰਗਾ ਫੈਸਲਾ ਕਰਨ ਜਾ ਰਹੀ ਹੈ, ਸਿੱਖਾਂ ਦੇ ਹੱਕ ਵਿੱਚ ਬਹੁਤ ਦੇਰ ਤੋਂ ਕੋਈ ਚੰਗਾ ਫੈਸਲਾ ਆ ਰਿਹਾ ਹੈਗਾ, ਪਰ ਸਾਨੂੰ ਲੱਗਦਾ ਹੈਗਾ ਕਿ ਉਹ ਚੰਗਾ ਫੈਸਲਾ ਮਾੜੀ ਨੀਤ ਨਾਲ ਲਿਆ ਗਿਆ ਸੀ ਜੋ ਕਿ ਸਿਰੇ ਨਹੀਂ ਚੜਿਆ ਜਾਂ ਸਿਰੇ ਨਹੀਂ ਚੜਨ ਦਿੱਤਾ ਗਿਆ। ਸੋ ਇਸ ਵਿੱਚ ਜਿਹੜੀਆਂ ਸ਼ੱਕ ਦੀਆਂ ਗੁੰਜਾਇਸ਼ਾਂ ਇਹ ਆ ਵੀ ਜਦੋਂ ਰਾਜਨੀਤਿਕ ਲੀਡਰਸ਼ਿਪ ਨੇ ਫੈਸਲਾ ਕਰ ਲਿਆ ਤੇ ਫਿਰ 2 ਮਹੀਨੇ ਲੰਘਾਉਣ ਦੀ ਕੋਈ ਲੋੜ ਨਹੀਂ ਸੀ, ਜਦੋਂ ਫੈਸਲਾ ਹੋ ਗਿਆ ਤਾਂ ਘੱਟੋ ਘੱਟ ਦੂਜੇ ਤੀਜੇ ਦਿਨ ਹੀ ਰਿਹਾਈ ਹੋ ਜਾਣੀ ਚਾਹੀਦੀ ਸੀ, ਵੱਧ ਤੋਂ ਵੱਧ ਠੀਕ ਇੱਕ ਹਫ਼ਤੇ ਦੇ ਵਿੱਚ ਵਿੱਚ ਰਿਹਾਈ ਹੋ ਜਾਣੀ ਚਾਹੀਦੀ ਸੀ, ਕਿਉਂਕਿ ਇਹ ਹੁੰਦਾ ਹੈਗਾ ਵੀ 3 ਕੇਸ ਆ ਜਿਹੜੇ ਉਹ ਦਿੱਲੀ ਤੋਂ ਬਾਹਰ ਦੇ ਸੀ। ਭਾਈ ਗੁਰਦੀਪ ਸਿੰਘ ਖਹਿੜਾ ਦਾ ਕੇਸ ਕਰਨਾਟਕ ਦਾ ਸੀਗਾ, ਭਾਈ ਦਵਿੰਦਰਪਾਲ ਸਿੰਘ ਦਾ ਦਿੱਲੀ ਦਾ ਸੀਗਾ, ਪਰ ਭਾਈ ਲਾਲ ਸਿੰਘ ਦਾ ਗੁਜਰਾਤ ਦਾ ਸੀਗਾ। ਵੀ ਹੋ ਸਕਦਾ ਪੇਪਰ ਵਰਕ ਬਾਏ ਪੋਸਟ ਜਾਵੇ, ਪਹਿਲਾਂ ਗੁਜਰਾਤ ਜਾਊਗਾ ਫਿਰ ਗੁਜਰਾਤ ਤੋਂ ਵਾਪਸ ਦਿੱਲੀ ਆਉਂਦਾ, ਉਹ ਡਬਲ ਚੈੱਕ ਕਰਦੇ ਆ ਵੀ ਗ੍ਰਹਿ ਮੰਤਰਾਲੇ ਵੱਲੋਂ ਹੀ ਲੈਟਰ ਆਈ ਹੈ ਕਿ ਨਹੀਂ ਆਈ। ਠੀਕ ਹੈ ਤੋ ਉਸ ਤੋਂ ਬਾਅਦ ਫਿਰ ਦੁਬਾਰੇ ਗ੍ਰਹਿ ਮੰਤਰਾਲਾ ਗੁਜਰਾਤ ਨੂੰ ਭੇਜਦਾ ਹੈਗਾ ਦੁਬਾਰੇ ਹਾਂ ਕਰਕੇ ਵੀ ਹਾਂ ਠੀਕ ਆ ਇਹ। ਫਿਰ ਗ੍ਰਹਿ ਹਾਂਜੀ ਜਦੋਂ ਗੁਜਰਾਤ ਸਰਕਾਰ ਨੂੰ ਜਾਣਾ ਸੀ, ਗੁਜਰਾਤ ਸਰਕਾਰ ਨੇ ਵਾਪਸ ਪੰਜਾਬ ਸਰਕਾਰ ਨੂੰ ਭੇਜਣੀ ਸੀ ਰਿਹਾਈ, ਤੇ ਪੰਜਾਬ ਸਰਕਾਰ ਨੇ ਫਿਰ ਡਬਲ ਚੈੱਕ ਕਰਨਾ ਸੀ ਗੁਜਰਾਤ ਸਰਕਾਰ ਨਾਲ ਵੀ ਜਿਹੜਾ ਇਹ ਕਾਗਜ਼ ਆਏ ਆ ਉਹ ਠੀਕ ਆ ਕਿ ਨਹੀਂ। ਗੁਜਰਾਤ ਸਰਕਾਰ ਨੇ ਫਿਰ ਮੁੜਦੀ ਡਾਕ ਰਾਹੀਂ ਦੁਬਾਰੇ 'ਚ ਇਹ ਆਖਣਾ ਸੀ ਉਹਨੂੰ ਕਿੰਨੇ ਦਿਨ ਲੱਗਦੇ, ਜਾਣੀ 15 ਦਿਨ ਦਾ ਪ੍ਰੋਸੈਸ ਸਾਨੂੰ ਲੱਗਦਾ ਸੀਗਾ ਵੀ ਹੈਗਾ ਹੈਗਾ, ਪਰ ਹੁਣ ਜਦੋਂ ਦੋ ਠੀਕ ਹੈ ਮਹੀਨੇ ਹੋ ਗਏ ਆ ਤਾਂ ਸਾਨੂੰ ਲੱਗਦਾ ਵੀ ਜਿਹੜੇ ਹੁਕਮ ਨੇ ਉਹ ਜਸਟ ਇੱਕ ਸਿੱਖਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਰਹੀ ਹੈ ਵੀ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਕਾਰਜ ਸੀ, ਉਹਦੇ 'ਚੋਂ ਕੋਈ ਵੀ ਸਿਧਾਂਤਕ ਤੌਰ ਤੇ ਫੈਸਲਾ ਨਹੀਂ ਹੋਇਆ ਗ੍ਰਹਿ ਮੰਤਰੀ ਵੱਲੋਂ, ਜਸਟ ਸਿੱਖਾਂ ਨੂੰ ਇੱਕ ਸਿਧਾਂਤਕ ਤੌਰ ਤੇ ਗੁਰੂ ਸਾਹਿਬ ਦੇ ਪੁਰਬ ਦੇ ਮੌਕੇ ਭਾਵੁਕ ਕਰਨ ਵਾਲੀ ਇੱਕ ਗੱਲ ਸੀ, ਇੱਕ ਰਾਜਨੀਤਿਕ ਚਤਰਾਈ ਸੀ, ਇਹ ਤੋਂ ਵੱਧ ਕੁਝ ਨਹੀਂ ਸੀ, ਤੇ ਉਹੀ ਗੱਲ ਹੋਈ ਜਿਹੜੀ ਸਿੱਖਾਂ ਨੂੰ ਡਰ ਸੀ ਵੀ ਹੁਣ ਕਿਸੇ ਵੀ ਸਿੰਘ ਦੀ ਰਿਹਾਈ ਨਹੀਂ ਹੋਈ, ਤੇ ਗ੍ਰਹਿ ਮੰਤਰੀ ਨੇ ਇਹ ਬਿਆਨ ਤਾਂ ਦੇ ਦਿੱਤਾ ਵੀ ਕਿਸੇ ਦੀ ਫਾਂਸੀ ਦੀ ਸਜ਼ਾ ਰੱਦ ਨਹੀਂ ਹੋਈ, ਪਰ ਗ੍ਰਹਿ ਮੰਤਰੀ ਦਾ ਇਹ ਬਿਆਨ ਅੱਜ ਤੱਕ ਨਹੀਂ ਆਇਆ ਵੀ 8 ਸਿੱਖਾਂ ਦੀ ਰਿਹਾਈ ਅਸੀਂ ਕਰ ਰਹੇ ਹਾਂ। ਅਵਤਾਰ ਸਿੰਘ ਜੀ ਬਹੁਤ ਵਧੀਆ ਤੁਸੀਂ ਜਿਹੜਾ ਇਹ ਵੇਰਵਾ ਦਿੱਤਾ, ਨਾਲ ਹੀ ਜਿੱਦਾਂ ਇਹ ਸਵਾਲ ਪੈਦਾ ਹੁੰਦਾ ਵੀ ਜਿਹੜੇ ਸਾਡੇ ਮਤਲਬ ਆਗੂ ਆ ਜਾਂ ਜਿਨ੍ਹਾਂ ਨੇ ਇਹ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਜਿਹੜੇ ਗ੍ਰਹਿ ਮੰਤਰੀ ਨੂੰ ਜਾ ਕੇ ਮਿਲਦੇ ਆ, ਸ਼੍ਰੋਮਣੀ ਕਮੇਟੀ ਵੱਲੋਂ ਰਾਸ਼ਟਰਪਤੀ ਨੂੰ ਵੀ ਅਪੀਲ ਕੀਤੀ ਗਈ ਆ, ਉਹਨਾਂ ਨੂੰ ਇਹ ਪਟੀਸ਼ਨ ਮਤਲਬ ਉਹਨਾਂ ਨਾਲ ਲਿਖਤੀ ਰੂਪ ਚ ਵੀ ਭੇਜਿਆ ਕਿ ਰਿਹਾਈਆਂ ਹੋਣੀਆਂ ਚਾਹੀਦੀਆਂ, ਕੇਸ ਵੀ ਲੜ ਰਹੇ ਆ, ਫਿਰ ਸਾਡੇ ਵਕੀਲ ਜਸਪਾਲ ਸਿੰਘ ਜੀ ਮੰਚਪੁਰ ਵਰਗੇ ਹੋਰ ਮਤਲਬ ਹੰਢੇ ਹੋਏ ਲੋਕ ਇਹਦੇ ਨਾਲ ਜੁੜੇ ਹੋਏ ਆ, ਉਹ ਜਦੋਂ ਮਤਲਬ ਏਦਾਂ ਦੀ ਖਬਰ ਜਿਹੜੀ ਅਖਬਾਰੀ ਤੌਰ ਤੇ ਆਉਂਦੀ ਆ ਉਸ ਵੇਲੇ ਜਥੇਬੰਦੀਆਂ ਦੇ ਜਿਹੜੇ ਆਗੂ ਜਿਹੜੇ ਇਹਨਾਂ ਨਾਲ ਸੰਬੰਧਿਤ ਆ, ਚਾਹੇ ਉਹ ਰਿਹਾਈ ਮੋਰਚਾ ਹੋਵੇ ਜਾਂ ਕੋਈ ਵੀ ਹੋਵੇ, ਉਹ ਇੱਕ ਮਤਲਬ ਸੈਕਟਰੀ ਦੀ ਚਿੱਠੀ ਨੂੰ ਲੈ ਕੇ ਇੰਨੇ ਮਤਲਬ ਜਜ਼ਬਾਤ ਦੇ ਵਿੱਚ ਆ ਕੇ ਇੱਦਾਂ ਦੀਆਂ ਗੱਲਾਂ ਕਰ ਲੱਗ ਪੈਂਦੇ ਜੀ ਬਹੁਤ ਵਧੀਆ ਹੋ ਗਿਆ, ਖੁਸ਼ੀ ਹੋ ਗਈ ਆ, ਬਸ ਰਿਹਾਈਆਂ ਹੋਣ ਹੀ ਵਾਲੀਆਂ, ਜਦੋਂ ਕਿ ਜਿੱਦਾਂ ਤੁਸੀਂ ਡਿਟੇਲ ਚ ਦੱਸਿਆ ਏਦਾਂ ਦਾ ਤਾਂ ਕੁਛ ਹੋਇਆ ਹੀ ਨਹੀਂ। ਨਹੀਂ ਨਹੀਂ ਏਦਾਂ ਦਾ ਕੁਛ ਨਹੀਂ ਹੋਇਆ ਜੀ, ਉਹ ਜਸਟ ਅੰਡਰ ਸੈਕਟਰੀ ਦੀ ਚਿੱਠੀ ਸੀ ਵੀ ਸਾਡੀ ਲੀਡਰਸ਼ਿਪ ਵਿਚਾਰੀ ਭਾਵੁਕ ਆ। ਇੱਕ ਕੋਈ ਸਿੰਘ ਇੱਕ ਦਿਨ ਮੈਂ ਦੇਖਿਆ ਵੀ ਨਾ ਟੈਲੀਵਿਜ਼ਨ ਤੇ ਬੋਲ ਰਿਹਾ ਸੀ, ਮੈਨੂੰ ਉਹਦੇ ਕਮੈਂਟ ਚੰਗੇ ਲੱਗੇ, ਉਹ ਕਹਿੰਦਾ ਵੀ
ਜਿਹੜੇ ਹਿੰਦੂ ਲੀਡਰਸ਼ਿਪ ਆ ਉਹ ਧੋਖਾ ਦੇਣ ਦੀ ਆਦੀ ਹੋ ਚੁੱਕੀ ਆ ਤੇ ਸਿੱਖ ਲੀਡਰਸ਼ਿਪ ਧੋਖੇ ਖਾਣ ਦੀ ਆਦੀ ਹੋ ਚੁੱਕੀ ਆ। ਠੀਕ ਸੋ ਉਹਦੇ ਕਮੈਂਟ ਉਹ ਠੀਕ ਸੀ, ਉਹ ਇਸ ਮਾਮਲੇ ਤੇ ਉਹ ਸਾਰੇ ਕਮੈਂਟ ਢੁੱਕਦੇ ਆ। ਰਾਸ਼ਟਰਪਤੀ ਦੇ ਕੋਈ ਸਾਈਨ ਨਹੀਂ ਹੋਏ, ਈਵਨ ਮੇਰਾ ਖਿਆਲ ਪ੍ਰੀ ਮਚਿਓਰ ਰਿਹਾਈਆਂ ਲਈ ਵੀ ਰਾਸ਼ਟਰਪਤੀ ਦੇ ਸਾਈਨ ਇੱਕ ਧਾਰਾ 72 ਤਹਿਤ ਹੋਣੇ ਚਾਹੀਦੇ ਆ, ਮੈਨੂੰ ਲੱਗਦਾ ਹੈਗਾ ਇਸ ਤਰ੍ਹਾਂ, ਪਰ ਮੈਂ ਸ਼ੋਰ ਨਹੀਂ ਹੈਗਾ ਕਿਉਂਕਿ ਮੈਂ ਕੋਈ ਲੀਗਲ ਐਕਸਪਰਟ ਨਹੀਂ ਹੈਗਾ। ਪਰ ਫਾਂਸੀ ਦੀ ਸਜ਼ਾ ਦਾ ਤਾਂ ਮੈਨੂੰ ਪਤਾ ਵੀ ਰਾਸ਼ਟਰਪਤੀ ਦੇ ਦਸਤਖਤਾਂ ਤੋਂ ਬਿਨਾਂ ਤਾਂ ਫਾਂਸੀ ਦੀ ਸਜ਼ਾ ਰੱਦ ਨਹੀਂ ਹੋ ਸਕਦੀ, ਉਮਰ ਕੈਦ ਵਿੱਚ ਨਹੀਂ ਬਦਲ ਸਕਦੀ। ਸੋ ਇਹ ਸਾਰਾ ਜਿੱਦਾਂ ਇੱਕ ਤਰ੍ਹਾਂ ਨਾਲ ਮੂਰਖ ਬਣਾਇਆ ਗਿਆ ਹੈਗਾ, ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆ ਹੈਗਾ। ਉਹਨਾਂ ਨੇ ਜਿਹੜੇ ਵਿਦੇਸ਼ਾਂ ਤੋਂ ਸਿੱਖ ਬੁਲਾਉਣੇ ਸੀਗੇ ਸਿੱਖਾਂ ਦੇ ਖਿਲਾਫ ਬਿਆਨ ਵਗੈਰਾ ਦੇਣ ਲਈ, ਉਹ ਉਹਨਾਂ ਨੇ ਸੱਦ ਲਏ ਹੋਏ ਆ, ਤੇ ਬਾਕੀ ਉਹਨਾਂ ਨੇ ਆਪ ਦਾ ਕੰਮ ਪੂਰਾ ਕਰ ਲਿਆ ਹੈਗਾ। ਸਿੱਖਾਂ ਵਾਲੇ ਮਾਮਲੇ 'ਚ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਇਸ ਤਰ੍ਹਾਂ। ਇਹ ਜਿੱਦਾਂ ਤੁਸੀਂ ਆ ਵਿਦੇਸ਼ੀ ਸਿੱਖਾਂ ਦੀ ਜਿਨ੍ਹਾਂ ਨੇ ਜਾ ਕੇ ਜੀ ਗੱਲਬਾਤ ਕੀਤੀ ਆ, ਤੁਸੀਂ ਮੀਡੀਆ 'ਚ ਰਹਿੰਦੇ ਆ, ਤੁਸੀਂ ਵੀ ਇੱਕ ਮਤਲਬ ਪੂਰਾ ਨਜ਼ਰ ਰੱਖਦੇ ਆ ਜਿਹੜੀਆਂ ਪੰਜਾਬ ਦੀਆਂ ਜਾਂ ਅੰਤਰਰਾਸ਼ਟਰੀ ਖਬਰਾਂ ਤੇ ਵੀ, ਇਹ ਵੀ ਕੀ ਚੱਕਰ ਚੱਲਿਆ ਵੀ ਮਤਲਬ ਸਾਰੇ ਲੀਡਰ ਜਿਹੜੇ ਜਾ ਰਹੇ ਆ ਉਹ ਚਾਹੇ ਰਿਪਦਮਨ ਸਿੰਘ ਹੋਵੇ, ਸੇਵਾ ਸਿੰਘ ਲੱਲੀ ਹੋਵੇ, ਜਸਵੰਤ ਸਿੰਘ ਠੇਕੇਦਾਰ ਹੋਵੇ, ਉਹ ਇਹ ਕਹਿ ਰਹੇ ਵੀ ਅਸੀਂ ਗੱਲਬਾਤ ਦਾ ਰਸਤਾ ਖੋਲਿਆ ਤੇ ਰਿਹਾਈਆਂ ਦੇ ਵਾਸਤੇ ਅਸੀਂ ਗਏ ਸੀਗੇ ਤੇ ਨਹੀਂ ਚੰਗੀ ਗੱਲ ਤਾਂ ਜੇ ਜੇ ਉਹ ਕਰ ਸਕਦੇ ਆ ਕਿਸੇ ਢੰਗ ਨਾਲ ਕਰਨਾ ਚਾਹੀਦਾ ਹੈਗਾ, ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ। ਜਿਨ੍ਹਾਂ ਦੇ ਆ ਬਲੈਕ ਲਿਸਟਾਂ ਖਤਮ ਹੋਈਆਂ, ਦੇ ਆਰ ਵੈਲਕਮ ਟੂ ਗੋ ਦੇਅਰ। ਹਾਂਜੀ ਇੱਕ ਤਾਂ ਹੈਗਾ ਵੀ ਜਾਣਾ ਦੋ ਤਰ੍ਹਾਂ ਦਾ ਹੈਗਾ, ਇੱਕ ਤਾਂ ਵੀ ਆਪਣੇ ਘਰਾਂ ਨੂੰ ਜਾ ਰਹੇ ਨੇ, ਜਸਟ ਆਪਣੇ ਪਰਿਵਾਰਕ ਲਾਈਫ 'ਚ ਜਾ ਰਹੇ ਨੇ, ਪਰ ਦੂਜਾ ਉਹ ਸਰਕਾਰੀ ਤੌਰ ਤੇ ਜਾ ਰਹੇ ਨੇ। ਬਹੁਤ ਸਾਰੇ ਲੋਕ ਨਾ ਜਿਹੜੇ ਸਰਕਾਰੀ ਤੌਰ ਤੇ ਗਏ ਨੇ, ਸਰਕਾਰ ਦੇ ਉੱਥੇ ਅਫੀਸ਼ੀਅਲਸ ਨਾਲ ਗੱਲਬਾਤ ਕਰ ਰਹੇ ਨੇ, ਉਹਨਾਂ ਨੂੰ ਚਾਹੀਦਾ ਸੀਗਾ ਵੀ ਸਿੱਖਾਂ ਦਾ ਕੇਸ ਆ ਜਿਹੜਾ ਉਹ ਪੇਸ਼ ਕਰਦੇ, ਤਾਂ ਕਿ ਸਿੱਖਾਂ ਦੇ ਜਿਹੜੇ ਲੰਮੇ ਸਮੇਂ ਦੇ ਮਸਲੇ ਆ ਉਹ ਹੱਲ ਹੁੰਦੇ। ਅਸੀਂ ਸਮਝਦੇ ਹਾਂ ਵੀ ਹਾਲੇ ਵੀ ਮੋਦੀ ਸਰਕਾਰ ਜਾਂ ਅਮਿਤ ਸ਼ਾਹ ਜਿਹੜੇ ਇਹ ਸਖ਼ਤ ਫੈਸਲੇ ਲੈਣ ਦੇ ਕਾਬਿਲ ਲੀਡਰ ਹੈਗੇ ਆ, ਪਰ ਜੇ ਸਿੱਖ ਲੀਡਰਸ਼ਿਪ ਨੂੰ ਚਾਹੀਦਾ ਹੈਗਾ ਵੀ ਉਹ ਆਪਣਾ ਕੇਸ ਪੇਸ਼ ਕਰੇ ਤੇ ਤਾਂ ਹੀ ਉਹ ਅੱਗੇ ਗੱਲ ਵੱਧ ਸਕਦੀ ਹੈ। ਹੁਣ ਤੁਸੀਂ ਦੇਖੋ ਵੀ ਆ ਜਿਹੜਾ ਸਿਟੀਜਨ ਅਮੈਂਡਮੈਂਟ ਬਿੱਲ ਆਇਆ ਹੈਗਾ, ਹਾਂਜੀ ਹਾਂਜੀ, ਇਹਦੇ ਖਿਲਾਫ਼ ਪੂਰੀ ਦੁਨੀਆ ਵਿੱਚ ਮੁਜ਼ਾਹਰੇ ਹੋ ਰਹੇ ਆ, ਇਕੱਲੇ ਭਾਰਤ ਵਿੱਚ ਨਹੀਂ, ਭਾਰਤ ਵਿੱਚ ਤਾਂ ਬਹੁਤ ਹੋ ਰਹੇ ਆ ਨਾ, ਹਾਂਜੀ ਹਾਂਜੀ, ਬਾਹਰ ਦੁਨੀਆ, ਆਕਸਫੋਰਡ ਯੂਨੀਵਰਸਿਟੀ ਵਿੱਚ ਹੋਇਆ, ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਚ ਹੋਇਆ, ਯੇਲ ਯੂਨੀਵਰਸਿਟੀ ਚ ਹੋਇਆ ਹਨਾ, ਇੰਨੇ ਵਿਰੋਧ ਦੇ ਬਾਵਜੂਦ ਵੀ ਸਰਕਾਰ ਟਸ ਨੂੰ ਮਸ ਨਹੀਂ ਹੋ ਰਹੀ, ਉਹ ਆਪਣੇ ਸਟੈਂਡ ਤੇ ਖੜੀ ਆ ਵੀ ਅਸੀਂ ਕੋਈ ਤਬਦੀਲੀ ਨਹੀਂ ਕਰਾਂਗੇ, ਠੀਕ ਹੈ ਜੀ। ਪਰ ਦੂਜੇ ਪਾਸੇ ਵੀ ਇੱਕ ਇੱਕ ਪਟੀਸ਼ਨ ਪੈਂਦੀ ਆ ਜਾਂ ਇੱਕ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਚ ਬੋਲਦਾ, ਸਿਰਫ ਇੱਕ ਮੈਂਬਰ ਆਫ ਪਾਰਲੀਮੈਂਟ, 650 ਮੈਂਬਰ ਆਫ ਪਾਰਲੀਮੈਂਟਾਂ ਚੋਂ ਇੱਕ ਪਾਰਲੀਮੈਂਟ ਮੈਂਬਰ ਬੋਲਦਾ ਤਾਂ ਗ੍ਰਹਿ ਮੰਤਰੀ ਯੂ ਟਰਨ ਮਾਰ ਜਾਂਦਾ। ਮਤਲਬ ਇੱਥੇ ਜਿਹੜੀ ਗੱਲ ਤੁਸੀਂ ਕਰਦੇ ਵੀ ਕਮਜ਼ੋਰ ਲੀਡਰਸ਼ਿਪ ਸਿੱਖਾਂ ਦੀ ਹੋਣ ਕਰਕੇ ਸਾਰਾ ਕੁਝ ਹੋ ਰਿਹਾ। ਹਾਂਜੀ ਹਾਂ ਬਿਲਕੁਲ, ਨਹੀਂ ਅਸਲ ਚ ਕਮਜ਼ੋਰ ਲੀਡਰਸ਼ਿਪ ਹੁਣ ਜਦੋਂ ਅਧੀਨਗੀ ਚ ਤੁਸੀਂ ਲੀਡਰਸ਼ਿਪ ਤਾਂ ਆਹੀ ਕੁਝ ਕਰ ਸਕਦੀ ਆ ਵੀ ਉਹ ਬੇਨਤੀਆਂ ਕਰਦੀ, ਪਰ ਉਹਨਾਂ ਦਾ ਮਨਸ਼ਾ ਨਹੀਂ ਹੈ ਛੱਡਣ ਦਾ ਨਾ, ਗੱਲ ਤਾਂ ਵੀ ਸਰਕਾਰ ਦਾ ਮਨਸ਼ਾ ਕੀ ਹੈ, ਗੱਲ ਤਾਂ ਇਹ ਦੇਖਿਆ ਜਾਵੇ। ਠੀਕ ਹੈ, ਯਤਨ ਕਰਿਆ ਸਿੱਖ ਲੀਡਰਸ਼ਿਪ ਨੇ, ਲਗਾਤਾਰ ਯਤਨ ਕਰਿਆ ਤੇ ਜਦੋਂ ਖਬਰ ਆਈ ਸਾਨੂੰ ਵੀ ਲੱਗਿਆ ਵੀ ਖੁਸ਼ੀ ਦੀ ਖਬਰ ਹੈਗੀ ਆ, ਪਰ ਹੁਣ ਜਦੋਂ ਉਹ ਨਹੀਂ ਕਰਨਾ ਚਾਹੁੰਦੇ ਤਾਂ ਆਪਾਂ ਇਹਦੇ ਕੁਛ ਨਹੀਂ ਕਰ ਸਕਦੇ, ਕਾਨੂੰਨੀ ਲੜਾਈ ਵੀ ਲੜ ਕੇ ਦੇਖੀ ਆ, ਬੇਨਤੀਆਂ ਵੀ ਕਰਕੇ ਦੇਖੀਆਂ, ਹੁਣ ਤਾਂ ਸਰਕਾਰ ਤੇ ਡਿਪੈਂਡ ਆ ਵੀ ਜੇ ਉਹ ਛੱਡਣਾ ਚਾਹੇ ਤਾਂ ਸਵੇਰੇ ਛੱਡ ਸਕਦੀ ਆ, ਨਹੀਂ ਤਾਂ ਹੁਣ 5-10 ਸਾਲ ਹੋਰ ਲੰਘ ਜਾਣਗੇ। ਅਵਤਾਰ ਸਿੰਘ ਜੀ, ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ, ਭਾਵੇਂ ਆਪਾਂ ਚਲੋ ਹਾਰਾ ਦੀ ਇਹ ਗੱਲ ਪੁੱਛਦੇ ਵੀ ਹਾਂ, ਕੀ ਕੀਤਾ ਜਾਵੇ ਮਤਲਬ ਇਹਦੇ ਲਈ, ਮਤਲਬ ਕੋਈ ਸਾਂਝੇ ਰੂਪ ਚ ਸੰਘਰਸ਼ ਲਿਖਿਆ ਜਾਵੇ, ਜਿੱਦਾਂ ਤੁਸੀਂ ਕਿਹਾ ਮੈਂ ਲਿਖਤੀ ਰੂਪ ਵੀ ਦੇ ਕੇ ਦੇਖ ਲਿਆ, ਸਾਰਾ ਕੁਛ ਕਰਕੇ ਦੇਖ ਲਿਆ, ਉਹਨਾਂ ਨਾਲ ਬਹਿ ਕੇ ਵੀ ਦੇਖ ਲਿਆ, ਕੁਛ ਨੀ ਹੋ ਰਿਹਾ, ਫਿਰ ਹੁਣ ਇਸ ਤੋਂ ਅਗਲਾ ਸੰਘਰਸ਼ ਕੀ ਹੋਣਾ ਚਾਹੀਦਾ, ਕਿੱਦਾਂ ਇਹਨਾਂ ਦੀਆਂ ਰਿਹਾਈਆਂ ਹੋ ਸਕਦੀਆਂ? ਹਾਂਜੀ, ਉਹ ਤਾਂ ਵੀ ਹੁਣ ਲੋਬਿੰਗ ਹੀ ਆ ਵੀ ਦੁਬਾਰੇ ਦੁਬਾਰੇ ਸਰਕਾਰ ਨੂੰ ਮਿਲਿਆ ਜਾਵੇ,
ਆਪਣੇ ਜਿਹੜੇ ਜਿਹੜੇ ਕੁਛ ਲੋਕ ਸਰਕਾਰ ਨਾਲ ਜਿਨ੍ਹਾਂ ਦੀ ਚੰਗੀ ਗੱਲਬਾਤ ਹੈ, ਕਿ ਜਿੱਦਾਂ ਸੁਖਦੇਵ ਸਿੰਘ ਢੀਂਡਸਾ ਹੋਣੀ ਆ, ਉਹਨਾਂ ਦੀ ਸਰਕਾਰ ਨਾਲ ਚੰਗੀ ਗੱਲਬਾਤ ਹੈਗੀ ਆ, ਠੀਕ ਉਹਨਾਂ ਦੇ ਰਾਹੀਂ ਪ੍ਰੈਸ਼ਰ ਪਾਇਆ ਜਾਵੇ। ਈਵਨ ਮੇਰਾ ਖਿਆਲ ਸੰਘ ਪਰਿਵਾਰ ਦੀ ਲੀਡਰਸ਼ਿਪ ਵੀ ਚਾਹੁੰਦੀ ਆ ਕਿਤੇ ਨਾ ਕਿਤੇ ਵੀ ਰਿਹਾਈਆਂ ਹੋਣ, ਜਿਨ੍ਹਾਂ ਦੇ ਉਹਨਾਂ ਨਾਲ ਸੰਬੰਧ ਹੈਗੇ ਆ ਉਹਨਾਂ ਤੇ ਵੀ ਲੌਬਿੰਗ ਕਰ ਲੈਣੀ ਚਾਹੀਦੀ ਆ। ਕੋਈ ਵੀ ਜਿਹੜਾ ਜਿਹੜਾ ਮੋਰਚਾ ਉਹ ਖਾਲੀ ਨਹੀਂ ਛੱਡਣਾ ਚਾਹੀਦਾ, ਤਾਂ ਕਿ ਜਿਹੜੇ ਸਿੱਖ ਹਿੱਤਾਂ ਵਿੱਚ ਜਿਹੜੇ ਲੰਬੇ ਸਮੇਂ ਤੋਂ ਆਪਣੀ ਉਮਰ ਕੈਦ ਭੁਗਤ ਚੁੱਕੇ ਆ, ਉਹਨਾਂ ਦੀਆਂ ਰਿਹਾਈਆਂ ਹੋਣ ਤੇ ਉਹ ਘਰਾਂ ਨੂੰ ਵਾਪਸ ਆ ਜਿੱਦਾਂ ਸਕਣ। ਤੁਸੀਂ ਤੇ ਸੁਝਾਅ ਦਿੱਤਾ ਬਹੁਤ ਮਤਲਬ ਕਾਬਲੇ ਤਾਰੀਫ ਵੀ ਆ, ਪਰ ਜਦੋਂ ਇਦਾਂ ਕੋਈ ਕੋਸ਼ਿਸ਼ ਕਰਦਾ ਕੋਈ ਵੀ, ਜਿੱਦਾਂ ਆਪਾਂ ਵਿਦੇਸ਼ਾਂ ਤੋਂ ਗਏ ਸਿੱਖਾਂ ਦੀ ਗੱਲ ਕਰਦੇ ਹਾਂ, ਜੇ ਮਾੜੀ ਮੋਟੀ ਵੀ ਕੋਸ਼ਿਸ਼ ਕਰਦਾ ਤੇ ਅਸੀਂ ਸੋਸ਼ਲ ਮੀਡੀਆ ਇਦਾਂ ਭਰ ਦਿੰਦੇ ਹਾਂ ਵੀ ਗਦਾਰ ਹੋ ਗਿਆ, ਗਦਾਰ ਹੋ ਗਿਆ, ਬਹਿ ਗਿਆ ਆ, ਗੱਲ ਗੱਲ ਵੀ ਨਹੀਂ ਕਰਨ ਦਿੰਦੇ, ਜੇ ਕੋਈ ਕਰਦਾ ਉਹਨੂੰ ਕਰਨ ਨਹੀਂ ਦਿੰਦੇ, ਆਪ ਕਰਨਾ ਕੁਛ ਨਹੀਂ, ਵੀ ਕੀਤਾ ਕੀ ਜਾਵੇ। ਨਹੀਂ ਉਹੀ ਹੈ ਨਾ, ਅਸਲ ਚ ਜੇ ਸਾਡੀ ਲੀਡਰਸ਼ਿਪ ਆਪਾਂ ਜਿਨ੍ਹਾਂ ਨੇ ਕਾਰਜ ਕਰਨਾ ਨਾ, ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਪੈਣਾ ਹੈ। ਠੀਕ ਹੈ, ਜਿਹੜੇ ਸੋਸ਼ਲ ਮੀਡੀਆ ਤੇ ਲੋਕ ਬੈਠੇ ਹੈਗੇ ਉਹ ਬਹੁਤ ਹਲਕੀ ਕਿਸਮ ਦੇ ਆ, ਠੀਕ ਹੈ, ਉਹਨਾਂ ਨੂੰ ਹਾਲਾਤ ਦੇ ਕੋਈ ਵੀ ਸਮਝ ਨਹੀਂ ਹੈਗੀ, ਉਹ ਤਾਂ ਜਸਟ ਇੱਕ ਤਰ੍ਹਾਂ ਨਾਲ ਨਾ ਵੀ ਤੋਰੀ ਫੁਲਕਾ ਚਲਾ ਰਹੇ ਆ ਆਪ ਨੂੰ। ਸੋ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਦੇ ਕਮੈਂਟ ਆਉਂਦੇ ਆ, ਤੁਹਾਨੂੰ ਇਹਦੇ ਬਾਰੇ ਬਹੁਤਾ ਮੇਰਾ ਖਿਆਲ ਸੋਚਣ ਦੀ ਲੋੜ ਨਹੀਂ। ਜਿਹੜੇ ਇਮਾਨਦਾਰ ਨੇ, ਜਿਹੜੀ ਵੀ ਧਿਰ ਸਿੱਖਾਂ ਲਈ, ਉਹਨੂੰ ਆਪਣਾ ਸਿਰ ਸਿੱਟ ਕੇ ਕੰਮ ਕਰਦੇ ਰਹਿਣਾ ਚਾਹੀਦਾ, ਕਿਸੇ ਕਮੈਂਟ ਵੱਲ ਧਿਆਨ ਨਹੀਂ ਦੇਣਾ। ਜਿੱਦਾਂ ਤੁਸੀਂ ਮਤਲਬ ਸੰਘ ਦੀ ਗੱਲ ਕੀਤੀ ਆ ਜਾਂ ਬੀਜੇਪੀ ਦੀ ਗੱਲ ਕੀਤੀ ਆ, ਜੇ ਵਿਦੇਸ਼ਾਂ ਦੇ ਵਿੱਚੋਂ ਜਿੱਦਾਂ ਚਲੋ ਭਾਵੇਂ ਦੋ ਚਾਰ ਸਿੱਖ ਹੈ ਉਹ ਇਕੱਲੇ ਜਾਣ ਦੀ ਬਜਾਏ ਸਾਰੀਆਂ ਜਥੇਬੰਦੀਆਂ ਆਪਣਾ ਆਪਣਾ ਨੁਮਾਇੰਦਾ ਭੇਜ ਕੇ ਗੱਲ ਚਾਹੇ ਬਾਹਰ ਹੀ ਕੀਤੀ ਜਾਵੇ ਜਾਂ ਉੱਥੇ ਕੀਤੀ ਜਾਵੇ, ਇੱਦਾਂ ਜੇ ਸਰਕਾਰ ਨਾਲ ਗੱਲ ਹਾਂਜੀ ਹਾਂਜੀ ਨਹੀਂ, ਹੁਣ ਲੋਬਿੰਗ ਲੋਬਿੰਗ ਤਾਂ ਜਿਹੜੀ ਸਰਕਾਰ ਆ ਉਹਦੇ ਨਾਲ ਹੀ ਕਰਨੀ ਹੈ ਨਾ, ਆਪਾਂ ਕਿਸੇ ਨੂੰ ਅਛੂਤ ਥੋੜਾ ਕਹਿ ਸਕਦੇ। ਅਕਸਰ ਉਹ ਸਰਕਾਰ ਚਲਾ ਰਹੇ ਨੇ, ਹਾਂਜੀ ਅਕਸਰ ਗੱਲ ਤਾਂ ਸਰਕਾਰ ਨਾਲ ਹੋਣੀ ਆ, ਵਾਇਆ ਵਾਇਆ ਲੀਗਲ ਮੈਥਡ ਦੀ ਹੋਣੀ, ਉਹਦੇ ਚੋਂ ਹੁੰਦੀ ਆ। ਤੁਸੀਂ ਵੀ ਪੱਤਰਕਾਰ ਆ, ਲੋਕ ਜੇ ਕਰਦੇ ਤਾਂ ਉਹ ਕਹਿੰਦੇ ਜੀ ਖਾਲਿਸਤਾਨ ਤੋਂ ਘੱਟ ਗੱਲ ਹੋ ਹੀ ਨਹੀਂ ਸਕਦੀ, ਇੱਕ ਰਿਹਾਈਆਂ ਜਾਂ ਇਹ ਬਹੁਤ ਲੋਕ ਤੁਹਾਨੂੰ ਪਤਾ ਜਜ਼ਬਾਤੀ ਉਹਦੇ ਕਹਿਣ ਲੱਗ। ਨਹੀਂ ਉਹ ਵੱਖਰੀਆਂ ਗੱਲਾਂ ਨੇ, ਜਿਸ ਤਰ੍ਹਾਂ ਫਿਰ ਇਸ ਤਰ੍ਹਾਂ ਉਹ ਰਿਹਾਈਆਂ ਨਹੀਂ ਹੋਣਗੀਆਂ, ਜੇ ਤੁਸੀਂ ਨਾਅਰੇਬਾਜ਼ ਹੋਵੋਗੇ ਜਾਂ ਕਿਸ ਤਰ੍ਹਾਂ ਹੋਵੋਗੇ, ਠੀਕ ਹੈ, ਤੁਹਾਨੂੰ ਇਹ ਆਪਣੀਆਂ ਬਾਉਂਡਰੀਜ਼ ਮਿਥਣੀਆਂ ਪੈਣਗੀਆਂ ਵੀ ਪਹਿਲਾਂ ਅਸੀਂ ਰਿਹਾਈਆਂ ਕਰਾਉਣੀਆਂ, ਉਹ ਤੋਂ ਬਾਅਦ ਅਗਲਾ ਜਿਹੜਾ ਫੈਡਰਲਿਜ਼ਮ ਦਾ ਸੰਘਰਸ਼ ਹੈ ਉਹਦੇ ਲਈ ਕਰਨਾ। ਪਰ ਪਹਿਲ ਤੁਹਾਡੀ ਰਿਹਾਈਆਂ ਤੱਕ ਸੀਮਤ ਹੋਣੀ ਚਾਹੀਦੀ ਹੈ, ਵੀ ਜੇ ਰਿਹਾਈਆਂ ਕਰਵਾ ਲਈਆਂ ਜਾਣ, ਉਹ ਸਾਰੇ ਸਟੈਪ ਜਦੋਂ ਤੁਸੀਂ ਰਲ ਗੱਡ ਕਰ ਲੈਂਦੇ ਆ, ਫਿਰ ਉਹ ਜਿਹੜੀ ਸਿਚੁਏਸ਼ਨ ਆ ਉਹ ਖਰਾਬ ਹੋ ਜਾਂਦੀ। ਹਾਂਜੀ, ਤੇ ਅਵਤਾਰ ਸਿੰਘ ਜੀ ਜਿੱਦਾਂ ਚਲੋ ਹੋਰ ਕੋਈ ਮੁੱਦਾ ਜਿੱਦਾਂ ਤੁਸੀਂ ਸੰਗਤਾਂ ਦੇ ਸਾਹਮਣੇ ਰੱਖਣਾ ਚਾਹੁੰਦੇ, ਇੱਕ ਤੇ ਵੀ ਸੀਗਾ ਜਿੱਦਾਂ ਤੁਸੀਂ ਉਹਤੇ ਵੀ ਗੱਲ ਕੀਤੀ ਆ, ਤੇ ਕਿਉਂਕਿ ਇਸ ਵੇਲੇ ਫਸਾਦ ਬਹੁਤ ਵਧੇ ਹੋਇਆ ਲੰਡਨ ਦੇ ਵਿੱਚ, ਵੀ ਕਾਂਗਰਸ ਪਾਰਟੀ ਨੇ ਵੀ ਮੁਜ਼ਾਹਰਾ ਕੀਤਾ, ਤੇ ਇਹ ਜਿਹੜਾ ਅਸਲ ਦੇ ਵਿੱਚ ਜਿਹੜਾ ਸਿਟੀਜ਼ਨਸ਼ਿਪ ਦਾ ਮੁੱਦਾ ਆ, ਇਹਨੂੰ ਧਰਮ ਨਾਲ ਕਾਹਦੇ ਜੋੜਿਆ ਜਾ ਰਿਹਾ? ਹਾਂਜੀ ਉਸ ਤਰ੍ਹਾਂ ਇਹ ਹੈਗਾ ਵੀ ਉਹਦੇ ਤੇ ਜ਼ਿਆਦਾ ਉਹਨਾਂ ਦਾ ਜਿਹੜੇ ਲੋਕ ਵਿਰੋਧ ਕਰ ਰਹੇ ਹਨ, ਉਹਨਾਂ ਦਾ ਇਹ ਆ ਰਿਹਾ ਵੀ ਮੁਸਲਮਾਨਾਂ ਨੂੰ ਬਾਹਰ ਰੱਖਿਆ ਗਿਆ, ਜਿਹੜੇ ਬਾਹਰਲੇ ਮੁਲਕਾਂ ਤੋਂ ਬੰਗਲਾਦੇਸ਼ ਤੋਂ ਜਾਂ ਅਫਗਾਨਿਸਤਾਨ ਚੋਂ ਆਏ ਆ। ਸੋ ਇਹ ਅਸਲ 'ਚ ਹੁਣ ਸਰਕਾਰਾਂ ਦੀਆਂ ਪਾਲਿਸੀਆਂ, ਹੁਣ ਤੁਸੀਂ ਆਪਾਂ ਦੇਖੋ ਵੀ ਕਿਸੇ ਵੀ ਅਰਬ ਕੰਟਰੀ ਵਿੱਚ ਜਿਹੜੇ ਆਪਣੇ ਭਾਰਤੀ ਲੋਕ ਰਹਿੰਦੇ ਆ, ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲਦੀ ਹੋਣੀ, ਉਹ ਸਾਰੀ ਉਮਰ ਵਰਕ ਪਰਮਿਟ ਤੇ ਹੀ ਰਹਿੰਦੇ ਆ, ਹਾਂ ਠੀਕ ਹੈ, ਹੈ ਨਾ? ਇਹ ਵੀ ਤਾਂ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਨਾ, ਵੀ ਇਹ ਇੱਕ ਵਿਤਕਰਾ ਤਾਂ ਹੈਗਾ ਹੀ ਹੈ ਨਾ, ਵੀ ਉਹ ਹੋਰ ਕਿਸੇ ਨੂੰ ਆਪਣੇ ਦੇਸ਼ ਵਿੱਚ ਜਿੱਦਾਂ ਰਹਿਣ ਹੀ ਨਹੀਂ ਦਿੰਦੇ, ਹੈ ਨਾ? ਉਹ ਸੋ ਮੇਰੇ ਖਿਆਲ ਈਵਨ ਈਵਨ ਕੱਲ ਗ੍ਰਹਿ ਮੰਤਰੀ ਨੇ ਕਿਸੇ ਟੀਵੀ ਤੇ ਉਹਨਾਂ ਦੀ ਡਿਬੇਟ ਚੱਲ ਰਹੀ ਸੀ, ਆ ਜਿਹੜੀ ਗੱਲ ਤੁਸੀਂ ਕਹੀ ਆ ਉਹਨਾਂ ਨੇ ਵੀ ਐਗਜੈਕਟਲੀ ਤਕਰੀਬਨ ਇਹਦੇ ਨਾਲ ਰਲਦੀ ਮਲਦੀ ਗੱਲ ਕੀਤੀ ਕਿ ਜਿਹੜੇ ਦੇਸ਼ ਸਿਟੀਜ਼ਨਸ਼ਿਪ ਨਹੀਂ ਦਿੰਦੇ ਵਰਕ ਪਰਮਿਟ ਦੀ ਗੱਲ ਕਰਦੇ, ਵੀ ਇਹ ਤਾਂ ਦੇਸ਼ ਦੇ ਜਿਹੜੀ ਪਾਰਲੀਮੈਂਟ ਦੇ ਮਤਲਬ ਜਿੰਨੇ ਮੈਂਬਰ ਆ ਉਹ ਸਾਰੇ ਸੋਚ ਕੇ ਫੈਸਲਾ ਕਰਦੇ ਆ, ਉਦਾਂ ਥੋੜੀ ਹੋ ਜਾਂਦਾ ਫੈਸਲਾ, ਤੇ ਇਕੱਲਾ ਇਕੱਲਾ ਇਸ਼ੂ ਆ। ਹਾਂਜੀ ਹਾਂਜੀ ਹਾਂ
ਜਾਂਦਾ। ਚਲੋ ਉਹਦੇ ਉਹਦੇ ਵਿੱਚ ਇਹ ਤਾਂ ਹੈਗਾ ਵੀ ਉਹਨਾਂ ਦਾ ਥੋੜਾ ਜਿਹਾ ਬੀਜੇਪੀ ਦਾ ਜਾਂ ਸੰਘ ਪਰਿਵਾਰ ਦਾ ਜਿਹੜੀ ਇਹ ਲੀਡਰਸ਼ਿਪ ਆਈ ਹੋਈ ਆ, ਇਹ ਉਦਾਂ ਨਫ਼ਰਤ ਤਾਂ ਕਰਦੇ ਆ ਮੁਸਲਮਾਨਾਂ ਨੂੰ, ਹਨਾ, ਵੀ ਉਹਦੇ ਚੋਂ ਕੁਝ ਠੀਕ। ਨਫ਼ਰਤ ਦਾ ਫੈਕਟਰ ਤਾਂ ਹੈਗਾ ਹੀ ਹੈਗਾ, ਪਰ ਹਾਂ ਬਹੁਤ ਸਾਰੀਆਂ ਹੋਰ ਟੈਕਨੀਕਲ ਗੱਲਾਂ ਹੁੰਦੀਆਂ ਜਿਹੜੀਆਂ ਸਰਕਾਰ ਨੇ ਦੇਖਣੀਆਂ ਹੁੰਦੀਆਂ, ਤੇ ਠੀਕ ਹੈ। ਉਹਦੇ ਚੋਂ ਫੈਸਲਾ ਲੈਣਾ ਹੁੰਦਾ ਵੀ ਚਲੋ ਇਹ ਉਹਨਾਂ ਦੀਆਂ ਆਪਣੀਆਂ ਕੰਪਲਸ਼ਨਸ ਆ, ਆਪਾਂ ਉਹਦੇ ਬਾਰੇ ਟਿੱਪਣੀ ਨਾ ਕਰੀਏ, ਠੀਕ ਵੀ ਹੈ। ਜਿਹੜੀ ਸਰਕਾਰ ਆ ਉਹਨੇ ਫੈਸਲਾ ਕਰਨਾ, ਪਰ ਸਾਡਾ ਮਕਸਦ ਤਾਂ ਇਹ ਸੀ ਵੀ ਜਦੋਂ ਲੱਖਾਂ ਲੋਕਾਂ ਦੇ ਵਿਰੋਧਾਂ ਦੇ ਬਾਵਜੂਦ ਸਰਕਾਰ ਸਿਟੀਜ਼ਨਸ਼ਿਪ ਬਿੱਲ ਤੋਂ ਪਿੱਛੇ ਨਹੀਂ ਹਟ ਰਹੀ, ਤਾਂ ਦੋ ਬੰਦਿਆਂ ਦੀਆਂ ਪਟੀਸ਼ਨਾਂ ਪਾਉਣ ਤੇ ਸਰਕਾਰ ਨੂੰ ਸਿੱਖਾਂ ਦੀ ਰਿਹਾਈ ਰੋਕਣੀ ਪੈ ਰਹੀ ਹੈ, ਜਾਨੀ ਇਹ ਡਬਲ ਸਟੈਂਡਰਡ ਆ। ਇਹ ਗੱਲ ਹਾਂਜੀ, ਇਹਦੇ ਲਈ ਇੱਕ ਮੈਂ ਜਸਪਾਲ ਸਿੰਘ ਮੰਝ ਪਰ ਉਹਨਾਂ ਦੀ ਵੀ ਸਟੇਟਮੈਂਟ ਸੁਣ ਰਿਹਾ ਸੀ। ਉਹ ਕਹਿ ਰਿਹਾ ਜੀ ਪੰਜਾਬ ਗਵਰਨਮੈਂਟ ਨੇ ਵੀ ਹਰ ਇੱਕ ਮਤਲਬ ਜੇ ਜ਼ਿਲ੍ਹੇ ਦਾ ਜਿਹੜੀ ਹੈ ਉਹਨਾਂ ਦੀ ਰਿਪੋਰਟ ਆ, ਆਪਣੇ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆ, ਸਾਰੇ ਪਾਸੋਂ ਗੁੱਡ ਰਿਪੋਰਟ ਆ, ਤੇ ਸਰਕਾਰ ਨੇ ਵੀ ਲਿਖ ਕੇ ਦਿੱਤਾ ਹੋਇਆ, ਪੰਜਾਬ ਸਰਕਾਰ ਨੇ, ਦਿੱਲੀ ਸਰਕਾਰ ਨੇ ਵੀ ਲਿਖ ਕੇ ਦਿੱਤਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਗਾ। ਇਹਦੇ ਬਾਵਜੂਦ ਵੀ ਮਤਲਬ ਉਹ ਪਟੀਸ਼ਨ ਨੂੰ ਸੁਣਿਆ ਗਿਆ। ਹਾਂਜੀ, ਉਹ ਵੈਸਟਰਨ ਟਰੱਸਟ ਆ, ਮੈਨੂੰ ਲੱਗਦੀ ਜਿਹੜੇ 2 ਮਹੀਨੇ ਕੱਢੇ ਆ ਸ਼ਾਇਦ ਉਹ ਟਾਈਮ ਦਿੱਤਾ ਗਿਆ, ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀਗਾ ਵੀ ਅਸੀਂ ਇਸ ਤਰ੍ਹਾਂ ਦਾ ਐਲਾਨ ਕਰਾਂਗੇ, ਮੁੜ ਕੇ ਅੜਿੱਕਾ ਪਾਵਾਂਗੇ, ਉਹ ਸਾਰਾ ਮਿਲ ਮਿਲ ਬੈਠ ਕੇ ਮੈਨੂੰ ਲੱਗਦੀ ਵੀ ਵਿੱਚੋਂ ਹੀ ਹੋ ਸਕਦਾ ਵੀ ਇੱਦਾਂ ਵੀ ਕਰਿਆ ਹੋਵੇ। ਹੁਣ ਅਵਤਾਰ ਸਿੰਘ ਜੀ ਆਖਿਰ ਚ ਇਹ ਆ ਵੀ ਜਿਹੜੇ ਬੰਦਿਆਂ ਨੇ ਗੱਲਬਾਤ ਜਿਨ੍ਹਾਂ ਨੇ ਵੀ ਕੀਤੀ ਆ, ਚਾਹੇ ਕੋਈ ਵੀ ਕਿਸੇ ਵੀ ਧੜੇ ਨਾਲ ਸੰਬੰਧਿਤ ਆ, ਚਾਹੇ ਵਿਦੇਸ਼ਾਂ ਤੋਂ ਜਾ ਕੇ ਸਿੱਖਾਂ ਨੇ ਕੀਤਾ, ਉਹਨਾਂ ਨੂੰ ਆਪਣੇ ਆਪਣੇ ਤੌਰ ਤੇ ਗੱਲ ਨੂੰ ਸਰਕਾਰ ਦੇ ਅੱਗੇ ਜਿਨ੍ਹਾਂ ਦੇ ਨਾਲ ਜੇ ਹਾਂਜੀ 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 ਆਪਸ ਵਿੱਚ ਆਪਾਂ ਵਿਰੋਧ ਤਾਂ ਨਾ ਪਾਈਏ, ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰੀਏ ਵੀ ਸਾਰੇ ਰਲ ਮਿਲ ਕੇ ਸਰਕਾਰ ਨਾਲ ਜਿਸ ਤਰ੍ਹਾਂ ਗੱਲਬਾਤ ਕਰਨ, ਤਾਂ ਕਿ ਜਿਹੜਾ ਰਿਹਾਈਆਂ ਦਾ ਰਾਹ ਹੈ ਉਹ ਪੱਧਰਾ ਹੋ ਸਕੇ, ਆਪਾਂ ਇੱਕ ਦੂਜੇ ਦੇ ਖਿਲਾਫ ਛੋਟੇ ਛੋਟੇ ਝਗੜਿਆਂ ਨੂੰ ਜਾਂ ਜਿਹੜੇ ਰਾਜਨੀਤਿਕ ਵਿਰੋਧ ਆ, ਵੈਸੇ ਪਾਰਟੀਆਂ ਵਿੱਚ ਹੈਗਾ ਹੀ ਆ ਸਾਰੀਆਂ ਜਥੇਬੰਦੀਆਂ 'ਚ, ਹੁੰਦੇ ਹੀ ਆ, ਧਾਰਮਿਕ ਧਾਰਮਿਕ ਤੌਰ ਤੇ ਵੀ ਆ ਤੇ ਰਾਜਨੀਤਿਕ ਤੌਰ ਤੇ ਵੀ, ਪਰ ਇਸ ਵੇਲੇ ਸਾਨੂੰ ਸਾਰਿਆਂ ਨੂੰ ਆਪਣੇ ਸਾਰੇ ਇਸ ਤਰ੍ਹਾਂ ਦੇ ਮਤਭੇਦ ਪਿੱਛੇ ਛੱਡ ਕੇ ਕੌਮ ਦੇ ਹਿੱਤ ਵਿੱਚ ਫੈਸਲੇ ਲੈਣ ਤੇ ਸੋਚਣ ਲਈ ਅੱਗੇ ਆਉਣਾ ਚਾਹੀਦਾ, ਤਾਂ ਕਿ ਸਰਕਾਰ ਨੂੰ ਇਹ ਵੀ ਇਹ ਇਹ ਲੱਗੇ ਵੀ ਸਿੱਖ ਇਕੱਠੇ ਤੌਰ ਤੇ ਸਾਡੇ ਨਾਲ ਗੱਲਬਾਤ ਕਰਨ ਆ ਰਹੇ ਨੇ, ਤਾਂ ਕਿ ਉਹ ਪ੍ਰਭਾਵ ਪੋਜ਼ਿਟਿਵ ਪਵੇ। ਤੇ ਵਿਦੇਸ਼ਾਂ ਦੇ ਵਿੱਚੋਂ ਕੋਈ ਏਦਾਂ ਦਾ ਜਿੱਦਾਂ ਵਫਦ ਹੋ ਗਿਆ, ਚਲੋ ਜਥੇਬੰਦੀਆਂ ਦਾ ਹੋ ਸਕਦਾ, ਜਿੱਦਾਂ ਕਾਨੂੰਨੀ ਤੌਰ ਤੇ ਵੀ ਕੋਈ ਇਹੋ ਜਿਹਾ ਸਿਸਟਮ ਜਾਂ ਟੀਮ ਬਣਾਉਣੀ ਚਾਹੀਦੀ ਹੈ ਜਿਹੜੀ ਇਹਨੂੰ ਲੈ ਕੇ ਮਤਲਬ ਜੇ ਆਪਾਂ ਅਦਾਲਤਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਲੜ ਸਕੀਏ ਕੇਸ? ਨਹੀਂ ਨਹੀਂ ਅਦਾਲਤਾਂ ਚੋਂ ਕੁਛ ਨਹੀਂ ਹੋਣਾ, ਅਦਾਲਤ ਦਾ ਜਿਹੜਾ ਫੈਸਲਾ ਉਹ ਆ ਗਿਆ ਹੋਇਆ ਵੀ ਸਰਕਾਰ ਹੀ ਫੈਸਲਾ ਕਰੇਗੀ, ਸੋ ਅਦਾਲਤਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਕਾਨੂੰਨੀ ਲੜਾਈ ਨਹੀਂ ਲੜੀ ਜਾ ਮਤਲਬ ਸਕਦੀ। ਰਾਜਨੀਤਿਕ ਫੈਸਲਾ ਹੀ ਹੋਊਗਾ ਜੇ ਹੋਊਗਾ ਹਾਂਜੀ ਤਾਂ। ਹਾਂਜੀ ਇਹ ਜਿਹੜੇ ਆਪਣੇ 20-25 ਸਿੰਘ ਆ ਜਾਂ ਹੋਰ ਵੀ ਜਿਹੜੇ ਟਾਡਾ ਵਾਲੇ ਹੋਰ ਜਿੱਦਾਂ ਰਾਜੀਵ ਗਾਂਧੀ ਕਤਲ ਵਾਲੇ ਆ, ਉਹਨਾਂ ਬਾਰੇ ਸਰਕਾਰ ਦਾ ਇਹ ਫੈਸਲਾ ਸੁਪਰੀਮ ਕੋਰਟ ਦਾ, ਭਾਈ ਲਾਲ ਸਿੰਘ ਦੀ ਪਟੀਸ਼ਨ ਤੇ ਉਹਨਾਂ ਨੇ ਸਪਸ਼ਟ ਫੈਸਲਾ ਦਿੱਤਾ ਵੀ ਸਰਕਾਰ ਤੇ ਗ੍ਰਹਿ ਮੰਤਰਾਲਾ ਗ੍ਰਹਿ ਵਿਚਾਰਤ ਹੀ ਬੰਦੇ ਛੱਡ ਸਕਦੀ ਹੈ, ਅਦਾਲਤ ਨਹੀਂ ਛੱਡ ਸਕਦੀ ਆ ਸਿੱਧੇ ਤੌਰ ਤੇ। ਬਹੁਤ ਬਹੁਤ ਅਵਤਾਰ ਸਿੰਘ ਜੀ ਧੰਨਵਾਦ, ਤੁਸੀਂ ਸਮਾਂ ਦਿੱਤਾ ਤੇ ਇਹਦੇ ਲਈ ਜਿਹੜੀ ਆ ਸਾਨੂੰ ਜਿਹੜੇ ਸਾਡੇ ਦਰਸ਼ਕਾਂ ਨੂੰ ਹੋਰ ਜਾਣਕਾਰੀ ਪ੍ਰਾਪਤ ਹੋਈ ਆ। ਫੇਰ ਵੀ ਤੁਹਾਡੇ ਨਾਲ ਅਗਲੇ ਸਮੇਂ ਕੋਈ ਹੋਰ ਪ੍ਰੋਗਰਾਮ ਗੱਲਬਾਤ ਹੋਈ ਤਾਂ ਜ਼ਰੂਰ ਅਸੀਂ ਬੇਨਤੀ ਤੁਹਾਨੂੰ ਕਰਾਂਗੇ। ਸੋ ਸਾਡੀ ਬੇਨਤੀ ਨੂੰ ਤੁਸੀਂ ਪ੍ਰਵਾਨ ਕਰਦਿਆਂ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।